ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਆਪਾਂ ਪੜ੍ਹਿਆ ਸੀ ਵੀ ਜਦੋਂ ਆਪਾਂ ਕੰਟੀਨਿਊਸ ਟੈਂਸ ਬਣਾਈਏ, ਚਾਹੇ ਫਿਊਚਰ ਹੋਵੇ, ਚਾਹੇ ਪਾਸਟ ਹੋਵੇ, ਚਾਹੇ ਪ੍ਰੈਜ਼ੈਂਟ ਹੋਵੇ, ਤਾਂ ਆਪਾਂ ਵਰਬ ਨਾਲ ਆਈਐਨਜੀ ਫੋਰਮ ਲਾ ਕੇ ਬਣਾਉਣੇ ਹੁੰਦੇ ਆ, ਜਿਵੇਂ ਪਲੇਇੰਗ, ਸਿੰਗਿੰਗ, ਡਾਂਸਿੰਗ। ਅਤੇ ਅੱਗੇ ਆਪਾਂ ਇਹ ਆਈਐਨਜੀ ਫੋਰਮ ਲਾਉਣੀ ਕਿਵੇਂ ਹੈ ਤਾਂ ਕਿ ਆਪਣੇ ਤੋਂ ਉਹਦੇ ਲਾਉਣ 'ਚ ਕੋਈ ਗਲਤੀ ਨਾ ਹੋਵੇ, ਉਹਦੇ ਆਪਾਂ ਅੱਜ ਰੂਲਸ ਕਰਾਂਗੇ। ਬੜੇ ਧਿਆਨ ਨਾਲ ਸੁਣਿਓ, ਧਿਆਨ ਬਣਾ ਕੇ ਰੱਖਿਓ। ਇਸ ਤੋਂ ਬਾਅਦ ਤੁਹਾਨੂੰ ਕਦੇ ਵੀ ਉਲਝਣ ਨਹੀਂ ਹੋਊਗੀ ਜਦੋਂ ਤੁਸੀਂ ਵਰਬ ਮਗਰ ਆਈ ਐੱਨ ਜੀ ਲਾਓਗੇ। ਵਰਬ ਦੀ ਜਦੋਂ ਤੁਸੀਂ ਆਈ ਐੱਨ ਜੀ ਫੋਰਮ ਬਣਾਓਗੇ ਤੁਸੀਂ ਕਦੇ ਵੀ ਨਹੀਂ ਉਲਝੋਗੇ। ਪਹਿਲਾ ਰੂਲ ਆ ਗਿਆ, ਜਦੋਂ ਵਰਬ ਦੇ ਮਗਰ ਈ ਲੱਗਿਆ ਹੋਵੇ, ਆਖਿਰ 'ਤੇ, ਅਖੀਰ 'ਤੇ ਈ ਆ ਗਿਆ, ਜਿਵੇਂ ਮੇਕ ਦੇ ਅਖੀਰ 'ਤੇ ਆ ਗਿਆ ਆਪਣੇ ਕੋਲ ਈ, ਤਾਂ ਆਪਾਂ ਕੀ ਕਰਨਾ, ਈ ਨੂੰ ਕੱਟ ਦੇਣਾ ਅਤੇ ਆਈ ਐੱਨ ਜੀ ਲਾ ਦੇਣਾ ਆਪਣਾ। ਇਹ ਬਣ ਗਿਆ ਮੇਕਿੰਗ, ਈ ਹੈ ਨਹੀਂ ਨਾ। ਉਵੇਂ ਟੇਕ, ਟੇਕ 'ਚ ਵੀ ਈ ਲਾਸਟ 'ਤੇ ਆ ਅਤੇ ਆਪਾਂ ਈ ਕੱਟ ਕੇ ਆਈ ਐੱਨ ਜੀ ਲਾ ਦਾਂਗੇ, ਇਹ ਬਣ ਗਿਆ ਟੇਕਿੰਗ। ਇਹ ਪਹਿਲਾ ਰੂਲ ਆਪਣਾ ਬੜਾ ਹੀ ਸਿੰਪਲ ਆ। ਹੁਣ ਇੱਕ ਗੱਲ ਹੋਰ ਤੁਸੀਂ ਨੋਟ ਕਰ ਲਓ ਕਿ ਆਪਾਂ ਇੱਥੇ ਇਕੱਲੀ ਈ ਦੀ ਗੱਲ ਕੀਤੀ ਆ, ਆਪਾਂ ਡਬਲ ਈ ਨਹੀਂ ਕਿਹਾ। ਕਿਤੇ ਇਹ ਨਾ ਹੋਵੇ ਵੀ ਡਬਲ ਈ ਆ ਜੇ ਤੁਸੀਂ ਸੋਚੋ ਵੀ ਯਾਰ ਡਬਲ ਈ ਆ ਗਿਆ, ਡਬਲ ਈ ਵੀ ਕੱਟ ਦਿੰਦੇ ਹਾਂ, ਭੜਕਾ ਦਿੰਦੇ ਹਾਂ, ਆਪਾਂ ਆਈ ਐੱਨ ਜੀ ਲਾ ਦਿੰਦੇ ਹਾਂ। ਇਹ ਕੰਮ ਨਹੀਂ ਕਰਨਾ। ਜੇ ਡਬਲ ਈ ਆ ਗਿਆ ਤਾਂ ਤੁਸੀਂ ਆਪਦਾ ਆਈ ਐੱਨ ਜੀ ਹੀ ਲਾਉਣਾ, ਉਹਦਾ ਕੋਈ ਇਹੋ ਜਿਹਾ ਰੂਲ ਨਹੀਂ ਹੈਗਾ ਵੀ ਤੁਸੀਂ ਕੁਛ ਕੱਟ ਕਰਨਾ। ਮੰਨ ਲਓ ਤੁਹਾਨੂੰ ਸੀ ਆ ਗਿਆ ਤਾਂ ਤੁਸੀਂ ਉਹਦਾ ਸੀਇੰਗ ਬਣਾ ਦੋਗੇ, SEII। ਠੀਕ ਹੈ, ਈ ਕੱਟ ਨਹੀਂ ਕਰਨੀ। ਜੇ ਡਬਲ ਈ ਆ ਗਿਆ ਤਾਂ ਉਹਨੂੰ ਉਵੇਂ ਹੀ ਰੱਖ ਦੇਣਾ। ਠੀਕ ਹੈ ਜੀ। ਦੂਜਾ ਆ ਗਿਆ ਆਪਣੇ ਕੋਲ ਜੇ ਲਾਸਟ 'ਤੇ ਆਈ ਈ ਆ ਜੇ, ਜਦੋਂ ਲਾਸਟ 'ਤੇ ਆਈ ਈ ਆ ਜੇ ਤਾਂ ਆਪਾਂ ਆਈ ਈ ਨੂੰ ਕੱਟ ਕੇ ਵਾਈ ਲਾ ਦਿੰਦੇ ਹਾਂ, ਅਤੇ ਵਾਈ ਲਾ ਦਿੰਦੇ ਹਾਂ। ਉਸ ਤੋਂ ਬਾਅਦ ਪਿੱਛੇ ਆਈ ਐੱਨ ਜੀ ਤਾਂ ਆਪਣਾ ਲੱਗਣਾ ਹੀ ਆ। ਜਿਵੇਂ ਲਾਈ, ਜਾਂ ਆਪਾਂ ਕਹਿੰਦੇ ਨਹੀਂ ਹੁੰਦੇ ਲੇਟਣਾ, ਲਾਈ, ਤਾਂ ਆਈ ਈ ਕੱਟ ਦਾਂਗੇ, ਐੱਲ ਦੇ ਨਾਲ ਆਪਾਂ ਵਾਈ ਲਾਤੀ, ਆਈ ਐੱਨ ਜੀ। ਡਾਈ ਆ ਗਿਆ, ਆਈ ਈ ਕੱਟਤੀ, ਵਾਈ ਲਾਤਾ, ਡਾਈਂਗ। ਠੀਕ ਹੈ ਜੀ, ਇਹ ਆਪਣਾ ਦੂਜਾ ਰੂਲ ਆ। ਜੇ ਸ਼ਬਦ 'ਚ ਅਖੀਰ 'ਤੇ ਆਈ ਈ ਆਉਂਦਾ ਤਾਂ ਤੁਸੀਂ ਆਈ ਈ ਨੂੰ ਕੱਟ ਦੇਣਾ, ਉਹਦੀ ਥਾਂ 'ਤੇ ਵਾਈ ਲਿਖ ਦੇਣਾ, ਉਸ ਤੋਂ ਬਾਅਦ ਆਈ ਐੱਨ ਜੀ ਲਾ ਲਓ। ਬਣ ਗਈ ਤੁਹਾਡੀ ਆਈ ਐੱਨ ਜੀ ਵਾਲੀ ਫੋਰਮ। ਹੁਣ ਤੀਜਾ ਆ ਗਿਆ, ਇਹ ਆਪਣਾ ਬੜਾ ਇੰਪੋਰਟੈਂਟ ਹੈ, ਇਹ 'ਤੇ ਤੁਸੀਂ ਪੂਰਾ ਧਿਆਨ ਦੇਣਾ। ਜਦੋਂ ਆਪਣੇ ਕੋਲ ਵਨ ਸਿਲੇਬਲ ਜਾਂ ਦੋ ਤੋਂ ਵੱਧ ਸਿਲੇਬਲ, ਜਦੋਂ ਮੈਂ ਸਿਲੇਬਲ ਬੋਲਿਆ ਤਾਂ ਤੁਸੀਂ ਕਨਫਿਊਜ਼ ਹੋ ਗਏ ਹੋਵੋਗੇ, ਉਲਝ ਗਏ ਹੋਵੋਗੇ ਕਿ ਇਹ ਚੀਜ਼ ਸਾਡੇ ਵਾਸਤੇ ਨਵੀਂ ਆ, ਇਹ ਹੈ ਕੀ ਆ। ਮੇਰੇ ਵੀ ਧਿਆਨ 'ਚ ਹੁਣੇ ਆਇਆ ਕਿ ਇਹ 'ਤੇ ਆਪਾਂ ਵੀਡੀਓ ਹਜੇ ਤੱਕ ਨਹੀਂ ਬਣਾਈ, ਜਲਦੀ ਹੀ ਆਪਾਂ ਇਹ 'ਤੇ ਪੂਰੀ ਇੱਕ ਡਿਟੇਲਡ ਵੀਡੀਓ ਬਣਾਵਾਂਗੇ। ਪਰੰਤੂ ਮੈਂ ਤੁਹਾਨੂੰ ਇਹ ਦੱਸ ਜ਼ਰੂਰ ਦਿੰਦਾ ਵੀ ਇਹ ਹੁੰਦਾ ਕੀ ਆ, ਤਾਂ ਕਿ ਅੱਜ ਵਾਲੇ ਟੌਪਿਕ 'ਚ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ। ਸਿਲੇਬਲ ਇੱਕ ਸ਼ਬਦ ਦਾ ਉਹ ਹਿੱਸਾ ਹੁੰਦਾ ਜਿਹਨੂੰ ਬੋਲਣ ਵੇਲੇ ਸਾਡਾ ਮੂੰਹ ਇੱਕ ਸ਼ੇਪ 'ਚ ਰਹਿੰਦਾ, ਫਿਰ ਉਸ ਤੋਂ ਬਾਅਦ ਜਦੋਂ ਅਗਲਾ ਸਿਲੇਬਲ ਆ ਜਾਂਦਾ ਤਾਂ ਸਾਡੇ ਮੂੰਹ ਦੀ ਸ਼ੇਪ ਚੇਂਜ ਹੋ ਜਾਂਦੀ ਆ। ਜਦੋਂ ਅਸੀਂ ਕੋਈ ਵੀ ਸ਼ਬਦ ਪੜ੍ਹਦੇ ਹੁੰਦੇ ਹਾਂ ਤਾਂ ਉਹਦੇ 'ਚ ਸਾਡੇ ਮੂੰਹ ਦੀ ਸ਼ੇਪ ਅਲੱਗ ਅਲੱਗ ਹੁੰਦੀ ਰਹਿੰਦੀ। ਆਪਾਂ ਦੇਖਦੇ ਹਾਂ ਨਾ, ਜਦੋਂ ਆਪਾਂ ਕੁਛ ਬੋਲ ਰਹੇ ਹਾਂ ਆਪਣੇ ਮੂੰਹ ਦੀ ਸ਼ੇਪ ਚੇਂਜ ਹੋ ਰਹੀ ਆ, ਅਤੇ ਜਦੋਂ ਸਾਡੇ ਮੂੰਹ ਦੀ ਸ਼ੇਪ ਚੇਂਜ ਹੁੰਦੀ ਆ, ਸ਼ਬਦ ਦਾ ਅਗਲਾ ਹਿੱਸਾ ਆ ਜਾਂਦਾ, ਉਹ ਅਗਲਾ ਸਿਲੇਬਲ ਬਣ ਜਾਂਦਾ। ਹੁਣ ਇੱਕ ਸਿਲੇਬਲ ਦੀ ਪਛਾਣ ਕਦੋਂ ਹੁੰਦੀ ਆ? ਸਿਲੇਬਲ 'ਚ ਇੱਕ ਵਾਊਲ ਜ਼ਰੂਰ ਹੁੰਦਾ। ਠੀਕ ਹੈ ਜੀ, ਇੱਕ ਸਿਲੇਬਲ ਦੇ ਵਿੱਚ ਇੱਕ ਵਾਊਲ ਜ਼ਰੂਰ ਹੁੰਦਾ। ਹੁਣ ਦੋ ਜਾਂ ਦੋ ਤੋਂ ਵੱਧ, ਜੇ ਇੱਕ ਸਿਲੇਬਲ ਹੋਵੇ ਜਾਂ ਦੋ ਤੋਂ ਵੱਧ ਸਿਲੇਬਲ ਹੋਣ ਵਾਕ 'ਚ, ਪਰ ਅਖੀਰਲੇ 'ਤੇ ਜ਼ਿਆਦਾ ਜ਼ੋਰ ਪੈਂਦਾ ਹੋਵੇ। ਜਦੋਂ ਸਾਡੇ ਇੱਕ ਸ਼ਬਦ 'ਚ ਇੱਕ ਸਿਲੇਬਲ ਜਾਂ ਦੋ ਤੋਂ ਵੱਧ ਹੋਣ, ਜਦੋਂ ਇੱਕ ਸਿਲੇਬਲ ਹੋਵੇ ਉਦੋਂ ਤਾਂ ਆਪਾਂ ਇਹ ਫਾਰਮੂਲਾ ਲਾਉਣ ਹੀ ਲਾਉਣਾ, ਜਦੋਂ ਦੋ ਜਾਂ ਦੋ ਤੋਂ ਵੱਧ ਹੋਣ ਪਰ ਅਖੀਰਲੇ 'ਤੇ ਜ਼ਿਆਦਾ ਜ਼ੋਰ ਪਾਇਆ ਹੋਵੇ। ਠੀਕ ਹੈ ਜੀ, ਦੋ ਜਾਂ ਦੋ ਤੋਂ ਵੱਧ ਸਿਲੇਬਲ ਪਰ ਅਖੀਰਲੇ 'ਤੇ ਜ਼ਿਆਦਾ ਜ਼ੋਰ ਪੈਂਦਾ ਹੋਵੇ ਸ਼ਬਦ 'ਚ, ਤਾਂ ਆਪਾਂ ਇਹ ਰੂਲ ਵਰਤਾਂਗੇ। ਹੁਣ ਸਿਲੇਬਲ ਆਪਾਂ ਇੱਕ ਹੋਰ ਸ਼ਬਦ ਦੇਖ ਲਈਏ। ਮੈਂ ਤੁਹਾਨੂੰ ਇੱਕ ਇੱਥੋਂ ਜਿਹੜਾ ਆਪਾਂ ਲਿਖਿਆ ਇਹ 'ਚ ਦੇਖ ਲੈਂਦੇ ਹਾਂ। ਮੰਨ ਲਓ ਆਪਾਂ ਫੋਰਗੈਟ ਲਿਖਿਆ। ਹੁਣ ਜਦੋਂ ਆਪਾਂ ਫੋਰ ਕਹਿਣਾ ਤਾਂ ਜਿਹੜਾ ਸਾਡਾ ਮੂੰਹ ਆ ਉਹਦੀ ਸ਼ੇਪ ਅਲੱਗ ਆ, ਜਦੋਂ ਆਪਾਂ ਗੈਟ ਕਹਿਣਾ ਤਾਂ ਸਾਡੇ ਮੂੰਹ ਦੀ ਸ਼ੇਪ ਬਦਲ ਜੂਗੀ। ਫੋਰ ਗੈਟ ਬਦਲੀ ਹੈ ਨਾ, ਇਹ ਦੋ ਅਲੱਗ ਅਲੱਗ ਹਿੱਸੇ ਹੋ ਗਏ। ਇਹਦਾ ਮਤਲਬ ਇਹ ਸ਼ਬਦ 'ਚ ਦੋ ਸਿਲੇਬਲ ਨੇ ਸਾਡੇ ਕੋਲ, ਇੱਕ ਫੋਰ ਇੱਕ ਗੈਟ। ਅਤੇ ਜਿਹੜੀ ਇੱਥੇ ਹੁਣ ਜਿਹੜਾ ਆਹ ਸਿਲੇਬਲ ਹੈ 'ਚ ਉਹ ਆਪਣੇ ਕੋਲ ਵਾਊਲ ਹੈ, ਜਿਹੜਾ ਆਹ ਸਿਲੇਬਲ ਆ ਇਹਦੇ 'ਚ ਆਪਣੇ ਕੋਲ ਈ ਵਾਊਲ ਹੈ। ਠੀਕ ਹੈ ਜੀ, ਹੁਣ ਵਾਊਲਸ ਕੀ ਹੁੰਦੇ ਨੇ? ਵਾਊਲਸ ਆਪਣੇ ਕੋਲ ਹੁੰਦੇ ਨੇ ਏ, ਈ, ਆਈ, ਓ ਅਤੇ ਯੂ।
ये तो आप पूरी डिटेल्ड वीडियो बनाई हुई आ। पांच अक्षर ने जिहड़े इन्हां नूं असीं वाउल्स कहने हुंने आ, ये तुसीं अपनी वाउल्स वाली वीडियो जरूर देख लियो। हुण वाक च पिछले तीन अक्षर जिहड़ा पिछला अक्षर आ कॉन्सोनेंट होवे, आ अपने कोल पांच वाउल्स आ गए ना। हुण टोटल अंग्रेजी च अपने कोल 26 अक्षर होंदे ने, 26 चों पांच आ गए वाउल्स ते पिछे बच गए साढ़े कोल 21, तां 21 साढ़े कोल हो गए कॉन्सोनेंट्स। ठीक है, 21 अपने कोल कॉन्सोनेंट्स ने, पांच वाउल्स ने, अखीरला अक्षर आ 21 अक्षरां चों होवे, मतलब वाउल ना होवे आ पांच चों ना होवे, ते जिहड़ा अखीरले दे नाल वाला अक्षर आ पिछों चल पे, अखीरले दे नाल वाला अक्षर आ वाउल होवे, ते उस तों मूहरला अक्षर फिर साढ़े कोल कॉन्सोनेंट होवे, फिर आपां ये फॉर्मूला यूज करांगे। आपां की करांगे, जिहड़ा अखीरला साढ़े कोल अक्षर आ कॉन्सोनेंट आ उहनूं आपां डबल कर दांगे। इत्थे एस आई टी सिट लिखा ना, एक टी है ना, तो आप एक टी होर ला देंगे, फिर आई एन जी ला देंगे। सिटिंग तुसीं देखिया, वो सिटिंग आप लिखते होंने ना डबल टी नाल, ये क्यों लिखते होंने ये अज सानू पता लग गया। हुण सिट आ जिहड़ा वो साढ़े कोल वन सिलेबल वाला शब्द आ, ठीक है जी, ये एक सिलेबल आ, तो आप सीधा ही फॉर्मूला लाता, जिहड़ा अखीरला अक्षर आ टी उहनू आपां डबल करता। हुण जिहड़ा कॉन्सोनेंट आ टी, आई अपने कोल वाउल आ, आ कॉन्सोनेंट सी, उदू बाद वाउल, एस अपने कोल फिर कॉन्सोनेंट आ, फिर कॉन्सोनेंट, यह फार्मूला अपना सैटिस्फाई हो गया, तां ही आपां टी नूं डबल करता। अगे आपां देखदे हां स्विम, एम अपने कोल कॉन्सोनेंट आ, आई अपने कोल की आ वाउल, एस अपने कोल फिर कॉन्सोनेंट, इस करके आपां भाई एम नूं डबल करना ते नाल आई एन जी ला दो, स्विमिंग बन गया। ठीक है जी, यह तो हो गया अपना एक सिलेबल वाले। हुण आपां दो सिलेबल वाले करते हैं, फॉर ते गैट, ये आपां कर हटे ना फॉर ते गैट, कहिंदे जदों दो सिलेबल आ जाण ते जिहड़ा अखीरला सिलेबल आ ते उहदे ज़्यादा जोर पैंदा होवे, फिर भी आपां इही रूल लावांगे, इही रूल फॉलो करांगे। ठीक है जी, बड़ा ध्यान देना तुसीं इहदे च। हुण फॉर गैट आपां देखांगे, जदों आपां फॉर गैट बोलदे हां अपने कोल पहला सिलेबल फॉर आ, दूजा गैट आ, पर आपां गैट ते ज़्यादा जोर पा रहे हैं, फॉर गैट है ना, गैट ते ज़्यादा जोर पै रहा है ना, इस करके अखीरले सिलेबल ते ज़्यादा जोर पै रहा। आपां देख लिया फार्मूला लागू हो गया, फिर आपां टी नूं डबल कर देंगे फॉर गैटिंग। हुण इसे तरह अगे आ गया अपने कोल बिगिनिंग, तो जिहड़ा पिछे वाला अपने कोल सिलेबल आ उहते ज़्यादा जोर पै रहा बिगिन, ठीक है जी, मगर आई एन ए ते देखो जोर पै रहा ना मगर, तो अपने कोल यह जिहड़ा फॉर्मूला गा वह सैटिस्फाई हो गया, तो आपां एन नूं भी डबल करता बिगिनिंग। ठीक है जी, ये हो गया अपना ये रूल। हुण जेकर अखीरले ते ज़्यादा जोर ना पैंदा होवे, अपने कोल जिहड़े सिलेबल ने दो जां दो तों वध होण पर अखीरले ते ज़्यादा जोर ना पैंदा होवे, फिर आपां की करांगे। हुण देखो अपने कोल लिसन, लिसन दो सिलेबल आ गए ना लिसन, पर इहदे च जोर ज़्यादा अगे पै रहा लिस, लिस ते पिछले ते जोर घट पै रहा ना, आपे तुसीं बोल के देखा करो सानू उहदी समझ आ जू, लिसन मगरला तो आप पता ही नहीं लगता किमें बोलिया गया, मूहरले तो ज़्यादा जोर पै रहा लिसन, इस करके आप एन डबल नहीं करना, डबल एन पा के नहीं लिखना लिसनिंग, उस तरीके दे नाल ही लिखिया रहन दो, बा पिछे आई एन जी ला दो, यह नहीं है भी तुसीं स्विमिंग ते बिगिनिंग इन्ने वांगू डबल एन कर दो, ये नहीं करना, क्योंकि इत्थे जोर आ जिहड़ा उह मूहरले सिलेबल ते पै रहा। हुण अगे आ गया अपने कोल एंटर, यह आ गया अपने कोल एंटर, ये भी अपने को जो मूरला सिलेबल आ पहला सिलेबल आते ज़्यादा जोर पै रहा एन, एंड जदों मूरले सिलेबल से ज़्यादा जोर पै गया तो आप आर नू डबल नहीं करना, आप पिछे उस तरीके ही आई एन जी ला देंगे एंटरिंग, ये बन गया अपने को एंटरिंग। ठीक है जी, ये तीजा सी अपना, यह बहुत ज़्यादा इंपॉर्टेंट है, इनू तुसी बड़े ध्यान दे नाल अपनिया कापियां ते लिख के भी देख लो, प्रैक्टिस भी कर लो, ते वीडियो नूं इक वारी चाहे दुबारे फिर सुन लियो भी किवें जे की गल होई सी, तां कि सानूं कोई कन्फ्यूजन ना रहे। अगे आ गया अपने कोले चौथा रूल, जदों लास्ट ते अखीर ते डबल्यू एक्स वाई लगे होण तां आपां सीधा ही इहदे च आपां वन सिलेबल टू सिलेबल इहदे च आपां नहीं देखणे, जदों लास्ट ते डबल्यू एक्स वाई लग गए तां आपां इहनूं डबल नहीं करना, सीधा इहनां दे मगर आई एन जी ला दो। जे आपां देखिए फिक्स अपने कोल लिखिया होया, सिट ते फिक्स च अपने कोई फर्क नहीं, ये भी कॉन्सोनेंट सी, कॉन्सोनेंट एक्स अपने कोल, ठीक है फिक्स लिखिया होया ना, उरे एक्स कॉन्सोनेंट आ, आई अपने कोल वाउल आ, ते एफ फिर कॉन्सोनेंट आ, आपां कहीए भी यार आपां तां डबल एक्स ला दिंदे आ, फिक्सिंग बन जू, आए
पर इत्थे डबल एक्स नहीं लाउणी क्योंकि जदों पिछे डबल यू एक्स ते वाई आ जाना ये रूल याद रखियो उदों डबल नहीं करना उहनूं उदों सीधा पिछे आई एन जी ला दो। ठीक है जी, ये तुसी उलझन तां खा सकते हो पर तुसी डबल यू एक्स वाई आपके दिमाग च बिठा के रखियो कि उदों आपां इन्हां नूं डबल नहीं करना, इन्हां दे मगर सीधी आई एन जी ला देनी आ। फिक्सिंग स्नोइंग इत्थे एस एन ओ डबल यू स्नो डबल यू आ गया ना पिछे, चाहे ओ बाउल अते कॉन्सोनेंट आए रूल इत्थे भी लगदा गा ये अधीन ही आ, पर अखीर ते अखर अपने को डबल यू आ जिहड़ा इन्ना चाहुंदा आपां इहनूं डबल नहीं करना स्नोइंग ये मगर सीधी आई एन जी ला दो। इसे तरह अपने को इंजॉय आ गया, इंजॉय वाई अपने को कॉन्सोनेंट आ ओ वाउल आ जे अपने को कॉन्सोनेंट आ ये रूल लगता गा पर यह डबल यू एक्स वाई आप रूल नहीं लाना इस करके ये पिछे आई एन जी सीधा ला दो, ये बन जाऊ अपने को आई एन जी वाली फॉर्म। ये आप अज सारे रूल्स कर ले ने, कोई रूल नहीं बचिया। तुसी बड़ा ध्यान रखना जदों अगे तो तुसी आई एन जी वाली फॉर्म बनाओगे, बिल्कुल भी कन्फ्यूज़ नहीं होना, उलझना नहीं। वीडियो नू चाहे दोबारा देख लो तां कि सानू होर वधिया समझ आ जाए, ये नोट्स बना लो तां कि सोडे होर याद रह जाण, अगे तो भी जो तुसी देखना होवे नोट्स देख लो, प्रैक्टिस जरूर करके देखो। जे फिर भी कोई डाउट है जां कन्फ्यूजन है तां कमेंट करके पुछ लो, थोड़ी कन्फ्यूजन दूर कर दांगे। उम्मीद करते हैं कि अज वाला टॉपिक सोनू बड़ा चंगी तरह क्लीयर हो गया होगा। अपना चैनल जरूर सबसक्राइब कर लो ता कि जो भी नवी वीडियो आए सोनू पता लग जाए, सोनू नोटिफिकेशन आ जाए। अगली वीडियो लेके जल्दी फिर हाजिर होवांगे, उदों तक लई सत श्री अकाल।